ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ ਸੰਗਤ ਟੀਵੀ ਲਈ ਪੰਜਾਬ ਤੋਂ ਅੱਜ ਆਪ ਜੀ ਦੇ ਰੂਬਰੂ ਕਰਾਉਣ ਜਾ ਰਿਹਾ ਹਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਖਾਲਸਾ ਜੀ ਨੂੰ, ਕਿਉਂਕਿ ਸਿੱਖ ਪੰਥ ਦੇ ਉੱਤੇ ਵਾਰ ਵਾਰ ਕਈ ਅੱਜ ਤੋਂ ਹਮਲੇ ਹੁੰਦੇ ਆਏ ਹਨ, ਕਦੀ ਰਾਗੀਆਂ 'ਤੇ, ਕਦੀ ਢਾਡੀਆਂ 'ਤੇ, ਕਦੀ ਪ੍ਰਚਾਰਕਾਂ 'ਤੇ, ਕਦੀ ਸੰਤਾਂ ਮਹਾਂਪੁਰਖਾਂ 'ਤੇ, ਕਿਉਂਕਿ ਹੁਣ ਵੀ ਸੰਤ ਬਾਬਾ ਰਣਜੀਤ ਸਿੰਘ ਢੱਡੇ ਵਾਲਿਆਂ ਦੇ ਉੱਤੇ ਕਈ ਇਲਜ਼ਾਮ ਜੋ ਬੇਬੁਨਿਆਦ ਹਨ ਉਹ ਲੱਗੇ ਹਨ, ਅਤੇ ਅਸੀਂ ਪਰਮਜੀਤ ਜੀ ਉਹਨਾਂ ਕੋਲੋਂ ਹੀ ਉਹਨਾਂ ਬਾਰੇ ਕੁਛ ਪੁੱਛਣਾ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਰਣਜੀਤ ਸਿੰਘ ਜੋ ਕਿ ਪੰਥ ਦੇ ਬਹੁਤ ਹੀ ਇੱਕ ਮਹਾਨ ਪ੍ਰਚਾਰਕ ਨੇ ਔਰ ਬੜੇ ਲੰਮੇ ਸਮੇਂ ਤੋਂ ਸਿੱਖੀ ਦੀ ਵੱਡੀ ਸੇਵਾ ਕਰ ਰਹੇ ਨੇ, ਚਾਹੇ ਦੇਸ਼ 'ਚ, ਵਿਦੇਸ਼ 'ਚ, ਜਿੱਥੇ ਵੀ ਉਹ ਪ੍ਰਚਾਰ ਕਰਨ ਗਏ, ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉਹਨਾਂ ਦੇ ਸਮਾਗਮਾਂ ਸ਼ਮੂਲੀਅਤ ਕਰਦੀਆਂ ਨੇ, ਸ਼ਾਇਦ ਹੀ ਕਿਸੇ ਹੋਰ ਸਮਾਗਮ ਦੇ ਵਿੱਚ ਸੰਗਤਾਂ ਜਾਂਦੀਆਂ ਹੋਣ। ਜਿਹੜੇ ਕੁਛ ਦਿਨ ਪਹਿਲਾਂ ਬਾਬਾ ਜੀ ਦੇ ਸੰਬੰਧ ਵਿੱਚ ਦੋਸ਼ ਲਾਏ ਗਏ ਔਰ ਮੈਂ ਸਮਝਦਾ ਉਹ ਬੜੇ ਬੇਬੁਨਿਆਦ ਨੇ, ਔਰ ਇਹ ਸਿੱਖੀ ਦੇ ਵਿਰੋਧੀਆਂ ਵੱਲੋਂ ਜੋ ਸਿੱਖੀ ਦੇ ਪ੍ਰਚਾਰ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ ਉਹਨਾਂ ਏਜੰਸੀਆਂ ਦੀ, ਇਹ ਇੱਕ ਬੜੀ ਵੱਡੀ ਸਾਜ਼ਿਸ਼ ਹੈ। ਉਸ ਸਾਜ਼ਿਸ਼ ਅਧੀਨ ਜਿਹੜੀ ਹੈ ਉਹ ਬਾਬਾ ਜੀ ਦੇ ਖਿਲਾਫ਼ ਜੋ ਥੋੜ੍ਹੇ ਦਿਨ ਪਹਿਲਾਂ ਤੋਂ ਯੂਟਿਊਬ ਦੇ ਵਿੱਚ ਜਾਂ ਹੋਰ ਅਖਬਾਰਾਂ ਦੇ ਵਿੱਚ ਉਹਨਾਂ ਪ੍ਰਤੀ ਜੋ ਗੱਲਬਾਤ ਸਾਹਮਣੇ ਆਈ ਹੈ, ਅਗਰ ਕੋਈ ਵੀ ਗੱਲਬਾਤ ਬਾਬਾ ਜੀ ਦੇ ਪ੍ਰਤੀ ਉਹਨਾਂ ਨੂੰ ਸੀ ਇਸ ਸੰਬੰਧ ਵਿੱਚ, ਕਿਉਂਕਿ ਉਹ ਕੌਮ ਦੇ ਪ੍ਰਚਾਰਕ ਨੇ, ਜਹਿਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਉਸ ਬਾਰੇ ਸ਼ਿਕਾਇਤ ਕਰਨੀ ਚਾਹੀਦੀ ਸੀਗੀ ਤਾਂ ਜੋ ਸਿੰਘ ਸਾਹਿਬ ਉਸ ਕੇਸ ਦੀ ਸਾਰੀ ਜਿਹੜੀ ਹੈ ਇਨਕੁਆਇਰੀ ਕਰਾਉਂਦੇ, ਜਾਂਚ ਕਰਨ ਤੋਂ ਬਾਅਦ ਹੀ ਬਾਬਾ ਜੀ ਦੇ ਬਾਰੇ ਇਹੋ ਜਿਹੀ ਗੱਲ ਕਰਨੀ ਚਾਹੀਦੀ ਸੀਗੀ। ਔਰ ਮੈਂ ਅਖੀਰ ਦੇ ਵਿੱਚ ਸਮੁੱਚੀਆਂ ਸਿੱਖ ਸੰਗਤਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਬਹੁਤ ਇੱਕ ਨਿੰਦਣਯੋਗ ਗੱਲ ਹੈ, ਔਰ ਤੁਸੀਂ ਸੁਚੇਤ ਹੋਵੋ ਇਹੋ ਜਿਹੇ ਪੰਥ ਵਿਰੋਧੀਆਂ ਜੋ ਸਿੱਖੀ ਦੇ ਦੁਸ਼ਮਣ ਨੇ, ਸਿੱਖੀ ਨੂੰ ਜੋ ਪ੍ਰਫੁੱਲਤਾ 'ਚ, ਚੜ੍ਹਦੀ ਕਲਾ 'ਚ ਨਹੀਂ ਦੇਖਣਾ ਚਾਹੁੰਦੇ, ਉਹਨਾਂ ਦਾ ਇੱਕ ਸਾਜ਼ਿਸ਼ ਅਧੀਨ ਕੀਤੀ ਕਾਰਵਾਈ ਹੈ, ਔਰ ਅਸੀਂ ਫੈਡਰੇਸ਼ਨ ਵੱਲੋਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।